ਸਤਿ ਸ਼੍ਰੀ ਅਕਾਲ ਜੀ, ਮਨਦੀਪ ਦੀ ਪੰਜਾਬੀ ਸੋਚ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਚੁੱਲ੍ਹੇ 'ਤੇ ਬ੍ਰੈਡ ਪਕੌੜਾ। ਆ ਦੇਖੋ, ਮੈਂ ਲਿੱਤਾ ਹੈ ਇੱਕ ਕੋਲੀ ਬੇਸਣ। ਇਹਦੇ ਵਿੱਚ ਮੈਂ ਪਾ ਲਾਂਗੀ ਲਸਣ ਦਾ ਪਾਣੀ। ਥੋੜ੍ਹੀ ਜਿਹੀ ਇਹਦੇ 'ਚ ਮੈਂ ਪਾਵਾਂਗੀ ਕਸੂਰੀ ਮੇਥੀ। ਥੋੜ੍ਹੀ ਜਿਹੀ ਜੁਆਇਨ, ਇਹਦੇ 'ਚ ਆਪਾਂ ਪਾ ਲਾਂਗੇ ਮਸਾਲੇ, ਨਮਕ ਅਤੇ ਸਵਾਦ ਅਨੁਸਾਰ ਪਾਇਓ ਇੱਕ ਚਮਚ, ਥੋੜ੍ਹਾ ਜਿਹਾ ਗਰਮ ਮਸਾਲਾ, ਅੱਧਾ ਚਮਚ ਲਾਲ ਮਿਰਚ ਪਾਊਡਰ, ਹੱਥ ਦੀ ਸਹਾਇਤਾ ਦੇ ਨਾਲ ਤੁਸੀਂ ਪਾਣੀ ਥੋੜ੍ਹਾ ਥੋੜ੍ਹਾ ਲੈ ਕੇ ਇਹਦਾ ਇੱਕ ਘੋਲ ਤਿਆਰ ਕਰਨਾ। ਇਹਦਾ ਘੋਲ ਨਾ ਜ਼ਿਆਦਾ ਗਾੜਾ ਹੋਣਾ ਚਾਹੀਦਾ ਨਾ ਜ਼ਿਆਦਾ ਪਤਲਾ। ਦੇਖੋ ਚੰਗੀ ਤਰ੍ਹਾਂ ਮੈਂ ਘੋਲ ਤਿਆਰ ਕਰ ਲਿਆ ਬੇਸਣ ਦਾ। ਆ ਦੇਖੋ, ਕੜਾਹੀ ਮੈਂ ਚੁੱਲ੍ਹੇ ਉੱਤੇ ਰੱਖ ਦਿੱਤੀ ਹੈ। ਇਹਦੇ 'ਚ ਜੋ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ, ਹੁਣ ਆਪਾਂ ਇਹਦੇ 'ਚ ਬ੍ਰੈਡ ਪਕੌੜਾ ਬਣਾਵਾਂਗੇ। ਬੇਸਣ 'ਚ ਚੰਗੀ ਤਰ੍ਹਾਂ ਟਿਪ ਕਰਕੇ ਆਪਾਂ ਪਾਉਂਦੇ ਜਾਣਾ। ਬਹੁਤ ਹੀ ਵਧੀਆ ਬਣਦੇ ਨੇ ਚੁੱਲ੍ਹੇ 'ਤੇ ਬ੍ਰੈਡ ਪਕੌੜੇ। ਜਿੱਦਾਂ ਲੋਕਡਾਊਨ ਹੈ, ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਤੁਹਾਡੇ ਖਾਣ ਨੂੰ, ਅਤੇ ਬ੍ਰੈਡ ਅਤੇ ਬੇਸਣ ਹਮੇਸ਼ਾ ਸਾਡੇ ਘਰ ਹੁੰਦੀ ਹੈ, ਇਹਦੇ ਚੀਜ਼ਾਂ ਤੁਸੀਂ ਬੜੀ ਆਸਾਨੀ ਨਾਲ ਬਣਾ ਕੇ ਖਾ ਸਕਦੇ ਹੋ। ਆ ਦੇਖੋ ਕਿੱਦਾਂ ਫੁੱਲਦੇ ਪਏ ਨੇ। ਝਟਪਟ ਬਣਨ ਵਾਲਾ ਵਾ ਬ੍ਰੈਡ ਪਕੌੜਾ, ਤੁਸੀਂ ਬੜੀ ਆਸਾਨੀ ਨਾਲ ਘਰ ਬਣਾ ਸਕਦੇ ਹੋ। ਕੋਈ ਮੈਂ ਇਹਦੇ ਵਿੱਚ ਦਹੀਂ ਨਹੀਂ ਪਾਇਆ, ਕੋਈ ਮੈਂ ਇਹਦੇ ਬੇਕਿੰਗ ਸੋਡਾ ਨਹੀਂ ਪਾਇਆ, ਅਤੇ ਤਾਂ ਵੀ ਕਿੰਨੇ ਫੁੱਲਦੇ ਪਏ ਚੰਗੀ ਤਰ੍ਹਾਂ। ਇਹਦਾ ਕਲਰ ਚੇਂਜ ਹੋ ਗਿਆ ਇਹਦਾ, ਹੁਣ ਆਪਾਂ ਇਹਨੂੰ ਕੱਢ ਦਾਂਗੇ। ਆ ਦੇਖੋ ਬ੍ਰੈਡ ਪਕੌੜਾ ਮੈਂ ਕੱਢਿਆ, ਇਸੇ ਤਰ੍ਹਾਂ ਅਸੀਂ ਸਾਰੇ ਪਕੌੜੇ ਕੱਢਾਂਗੇ।
ਇਹਨੂੰ ਵੀ ਆਪਾਂ ਇਸ ਤਰ੍ਹਾਂ ਨਿਕਾਲ ਲਾਂਗੇ। ਦੇਖੋ ਬਣ ਚੁੱਕੇ ਨੇ। ਦੇਖੋ ਬ੍ਰੈਡ ਪਕੌੜਾ ਕਿੰਨਾ ਵਧੀਆ ਬਣ ਕੇ ਤਿਆਰ ਹੈ। ਆ ਦੇਖੋ ਅੱਜ ਮੈਂ ਚੁੱਲ੍ਹੇ 'ਤੇ ਬਣਾਏ ਨੇ ਬ੍ਰੈਡ ਪਕੌੜੇ, ਜੋ ਬਹੁਤ ਆਸਾਨੀ ਨਾਲ ਬਣਦੇ ਨੇ ਅਤੇ ਖਾਣ 'ਚ ਇੰਨੇ ਕੁ ਸਵਾਦ ਕਿ ਕੱਢਦੇ ਕੱਢਦੇ ਤੁਹਾਡੇ ਮੂੰਹ 'ਚ ਪਾਣੀ ਆ ਜਾਏਗਾ। ਤੁਸੀਂ ਵੀ ਇਹਨੂੰ ਘਰ ਟਰਾਈ ਕਰੋ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ ਔਰ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਿਓ। ਫਿਰ ਮਿਲਾਂਗੀ ਮੈਂ ਤੁਹਾਨੂੰ ਆਪਣੀ ਨਈਂ ਵੀਡੀਓ ਦੇ ਨਾਲ। ਥੈਂਕ ਯੂ।